ਹੈਲੋ ਡੀਅਰ ਸਟੂਡੈਂਟਸ ਅੱਜ ਅਸੀਂ ਇਕਾਂਗੀ ਸੁਹਾਗ ਦਾ ਪੰਨਾ ਨੰਬਰ 17 18 ਅਤੇ 19 ਰੀਡ ਕਰਾਂਗੇ ਪਹਿਲਾਂ ਅਸੀਂ ਪੜ ਚੁੱਕੇ ਹਾਂ ਕਿ ਕੋਰਾ ਹੁਸ਼ਿਆਰ ਚੰਦ ਦੁਆਰਾ ਮੇਲੋ ਲਈ ਲੱਬੇ ਹੋਏ ਰਿਸ਼ਤੇ ਦਾ ਵਿਰੋਧ ਕਰਦੀ ਹੈ ਤੇ ਉਸ ਨੂੰ ਬੁਰਾ ਭਲਾ ਵੀ ਕਹਿੰਦੀ ਹੈ ਹੁਸ਼ਿਆਰ ਚੰਦ ਉਸ ਨੂੰ ਦੋ ਧੀਆਂ ਦੇ ਵਿਆਹ ਕਰਜੇ ਅਤੇ ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ ਕਿ ਉਸ ਨੇ ਅਜਿਹਾ ਹੀਲਾ ਸੋਚਿਆ ਹੈ ਜਿਸ ਨਾਲ ਸੱਪ ਵੀ ਮਰ ਜਾਏ ਤੇ ਸੋਟਾ ਵੀ ਨਾ ਟੁੱਟੇ ਪਰ ਕੋਰਾ ਨੂੰ ਉਸ ਦੀ ਗੱਲ ਸਮਝ ਨਹੀਂ ਆਉਂਦੀ ਤਾਂ ਉਸ ਸਮੇਂ ਹੁਸ਼ਿਆਰ ਚੰਦ ਕੋਠਰੀ ਦੇ ਅੰਦਰੋਂ ਰੁਪਈਆਂ ਵਾਲੀ ਥੈਲੀ ਲਿਆ ਕੇ ਵਿਖਾਉਂਦਾ ਹੈ ਤੇ ਕੋਰਾ ਹੈਰਾਨ ਰਹਿ ਜਾਂਦੀ ਹੈ ਹੁਣ ਬੇਟਾ ਅਸੀਂ ਪੇਜ ਨੰਬਰ 17 ਰੀਡ ਕਰਾਂਗੇ ਨਾਓ ਓਪਨ ਯੋਰ ਬੁక్స్ ਪੇਜ ਨੰਬਰ 17 ਹੁਸ਼ਿਆਰ ਚੰਦ ਜੰਡਪੁਰਿਓ ਕੋਰਾ ਚੌਂਕ ਕੇ ਜੰਡਪੁਰਿਓ ਚੌਂਕੇ ਅੰਡਰਲਾਈਨ ਕਰੋ ਬੇਟਾ ਹੈਰਾਨ ਹੋ ਕੇ ਹੁਸ਼ਿਆਰ ਚੰਦ ਥੈਲੀ ਨੂੰ ਚੁੱਕ ਕੇ ਲੈ ਫੜ ਇਹਨੂੰ ਟੋਹ ਕੇ ਵੇਖ ਹੁਸ਼ਿਆਰ ਚੰਦ ਹੁਣ ਕੋਰਾ ਨੂੰ ਕਹਿੰਦਾ ਹੈ ਪੈਸਿਆਂ ਵਾਲੀ ਥੈਲੀ ਨੂੰ ਟੋਹ ਕੇ ਵੇਖ ਟੋਹ ਕੇ ਵੇਖ ਪਾਉ ਹੱਥ ਲਾ ਕੇ ਵੇਖ ਜਾਂ ਛੂ ਕੇ ਵੇਖ ਕੋਰਾ ਹੌਲੀ-ਹੌਲੀ ਹੱਥ ਕੱਢਦੀ ਹੈ ਤੇ ਹੁਸ਼ਿਆਰ ਚੰਦ ਰੁਪਏਾਂ ਦੀ ਥੈਲੀ ਉਹਦੇ ਹੱਥਾਂ ਤੇ ਰੱਖ ਦਿੰਦਾ ਹੈ 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 ਇਨਾ ਜਮੀਨ ਤੇ ਬੈਠ ਜਾਂਦੀ ਹੈ ਤੇ ਥੈਲੀ ਖੋਲ ਕੇ ਦੋਵੇਂ ਮੁਠਾਂ ਰੁਪਇਆਂ ਦੀਆਂ ਭਰ-ਭਰ ਕੇ ਕੱਢਦੀ ਹੈ ਆਹਾ ਆਹਾ ਪਰ ਪਰ ਲੋਕੀ ਕੀ ਕਹਿਣਗੇ ਸਾਡੇ ਸਾਖੰਗ ਕੀ ਆਖਣਗੇ ਮੈਲੋ ਇਸ ਵੇਲੇ ਫੇਰ ਦਰਵਾਜ਼ੇ ਵਿੱਚ ਖੜੀ ਸੁਣਦੀ ਦਿਖਾਈ ਦਿੰਦੀ ਦਿੰਦੀ ਹੈ ਹੁਣ ਬੇਟਾ ਖੋਰ ਜਦੋਂ ਪੈਸਿਆਂ ਵੱਲ ਵੇਖਦੀ ਹੈ ਤਾਂ ਉਸ ਦਾ ਮਨ ਬਦਲ ਜਾਂਦਾ ਹੈ ਤੇ ਆਪਣੇ ਪਤੀ ਹੁਸ਼ਿਆਰ ਜਨ ਨੂੰ ਕਹਿੰਦੀ ਹੈ ਕੀ ਸਾਡੇ ਰਿਸ਼ਤੇਦਾਰ ਸਾਨੂੰ ਕੀ ਕਹਿਣਗੇ ਹੁਣ ਬੇਟਾ ਮੇਲੋ ਜਿਹੜੀ ਹੈ ਦਰਵਾਜੇ ਤੇ ਖੜੀ ਹੋ ਕੇ ਆਪਣੇ ਮਾਪਿਆਂ ਦੀ ਗੱਲਾਂ ਸੁਣ ਰਹੀ ਹੁੰਦੀ ਹੈ ਹੁਸ਼ਿਆਰ ਚੰਦ ਗੋਲੀਮਾਰ ਸਾਕਾਂ ਅੰਗਾਂ ਨੂੰ ਖਾਨ ਨੂੰ ਦੇ ਜਾਂਦੇ ਨੇ ਸਾਨੂੰ ਕੋਈ ਫੇਰ ਰੁਪਈਆਂ ਵੱਲ ਇਸ਼ਾਰਾ ਕਰਕੇ ਅਸੀਂ ਕੋਈ ਏਡੀ ਅਨੋਖੀ ਗੱਲ ਕੀਤੀ ਏ ਲੱਭੂ ਸ਼ਾਹ ਨੇ ਵੋਟੀ ਲਿਆਂਦੀ ਸੀ ਤੇ ਰੁਪਈਆ ਤੋਲ ਕੇ ਦੇ ਕੇ ਆਇਆ ਸੀ ਹੁਣ ਬੇਟਾ ਹੁਸ਼ਿਆਰ ਚੰਦ ਆਪਣੀ ਪਤਨੀ ਦੀ ਗੱਲ ਦਾ ਜਵਾਬ ਦਿੰਦਾ ਹੈ ਕਿ ਗੋਲੀਮਾਰ ਰਿਸ਼ਤੇਦਾਰਾਂ ਨੂੰ ਖਾਨ ਨੂੰ ਕੋਈ ਸਾਨੂੰ ਦੇ ਜਾਂਦਾ ਹੈ ਕੋਈ ਤਾਂ ਫਿਰ ਉਸ ਨੂੰ ਉਦਾਹਰਨ ਦਿੰਦਾ ਹੈ ਕਿ ਅਸੀਂ ਕੋਈ ਅਨੋਖੀ ਗੱਲ ਨਹੀਂ ਕੀਤੀ ਅਨੋਖੀ ਮੀਨਸ ਅਜੀਬ ਅਜੀਬ ਗੱਲ ਨਹੀਂ ਕੀਤੀ ਫਿਰ ਉਸ ਨੂੰ ਲੱਭੂ ਸ਼ਾਦੀ ਉਦਾਹਰਨ ਦਿੰਦਾ ਹੈ ਕਿ ਪਿੰਡ ਦਾ ਜੋ ਕਿ ਇੱਕ ਪਿੰਡ ਦਾ ਬੰਦਾ ਹੈ ਕਿ ਉਸ ਨੇ ਜਦੋਂ ਵੋਟੀ ਲਿਆਂਦੀ ਸੀ ਰੁਪਈਆ ਤੋਲ ਕੇ ਦੇ ਕੇ ਆਇਆ ਸੀ ਕੋਰਾ ਸਿਰ ਹਿਲਾ ਕੇ ਹਾਂ ਇਹ ਤਾਂ ਠੀਕ ਹੈ ਤੇ ਨਾਲੇ ਲੋਕਾਂ ਤਾਂ ਗੱਲਾਂ ਕਰਨੀਆਂ ਹੀ ਹੋਈਆਂ ਤਾਂ ਤੂੰ ਤਾਂ ਕਿਹਾ ਸੀ ਪਈ ਸ਼ਾਦੀ ਅੱਜ ਰਾਤ ਹੀ ਕਰ ਦੇਣੀ ਏ ਤਾਂ ਅਸਾਂ ਤਾਂ ਤਿਆਰੀ ਕੋਈ ਨਹੀਂ ਕੀਤੀ ਹੁਣ ਬੇਟਾ ਕੋਰਾ ਪੈਸੇ ਦੀ ਚਮਕ ਵੇਖ ਕੇ ਹੁਸ਼ਿਆਰ ਚੰਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਤੇ ਨਾਲ ਹੀ ਉਸ ਨੂੰ ਕਹਿੰਦੀ ਹੈ ਕਿ ਅੱਜ ਰਾਤ ਹੀ ਵਿਆਹ ਹੈ ਤੇ ਅਸੀਂ ਤਾਂ ਕੋਈ ਵੀ ਤਿਆਰੀ ਨਹੀਂ ਕੀਤੀ ਹੁਸ਼ਿਆਰ ਚੰਦ ਤਸੱਲੀ ਰੱਖ ਤਸੱਲੀ ਰੱਖ ਭਾਬ ਹੌਸਲਾ ਰੱਖ ਮੈਂ ਰਾਜੇ ਦੀ ਰਾਹੀ ਸਭ ਤਿਆਰੀਆਂ ਕੀਤੀਆਂ ਹੋਈਆਂ ਨੇ ਦੂਜੇ ਘਰ બસ ਹੁਣ ਫੇਰਿਆਂ ਦੀ ਡੇਰੇ ਡੇਰੇ ਅੰਡਰਲਾਈਨ ਕਰੋ ਟੇਲੇ ਪਾਂਦਾ ਦੱਸਾ ਸੀ ਪਈ ਅੱਜ ਰਾਤ ਹੀ ਸ਼ੁਭ ਲਗਣੇ ਸ਼ੁਭ ਲਗਣ ਪਾਵ ਸ਼ੁਭ ਮਹੂਰਤ ਜਾਂ ਸ਼ੁਭ ਕੜੀ ਕੱਲ ਤੋਂ ਸਿੰਗਤ ਪੈ ਜਾਣੀ ਹੈ ਸਿੰਗਤ ਪੈ ਜਾਣੀ ਪੈਟਮ ਬੇਟਾ ਸੀ ਪਹਿਲਾਂ ਵੀ ਡਿਸਕਸ ਕੀਤਾ ਸੀ ਜਿਸ ਦਾ ਅਰਥ ਹੈ ਤਾਰਾ ਡੁੱਬ ਜਾਣਾ ਰੁਪਈਆ ਗੱਲ ਵੱਲ ਇਸ਼ਾਰਾ ਕਰਕੇ ਇਹਨਾਂ ਨੂੰ ਸਾਹਮਣੇ ਰੱਖ ਲੈ ਮੈਂ ਜਰਾ ਜ਼ਰਾ ਜਾਂ ਜੰਜ ਵੱਲੋਂ ਹੋ ਆਵਾਂ ਘਰ ਛੱਡ ਕੇ ਨਾ ਜਾਈ ਹੁਣ ਜਦੋਂ ਕੋਰਾ ਹੁਸ਼ਾਰ ਨੂੰ ਕਹਿੰਦੀ ਹੁਸ਼ਾਰ ਚੰਦ ਨੂੰ ਕਹਿੰਦੀ ਹੈ ਕਿ ਅਸੀਂ ਵਿਆਹ ਦੀ ਕੋਈ ਵੀ ਤਿਆਰੀ ਨਹੀਂ ਕੀਤੀ ਤਾਂ ਹੁਸ਼ਾਰ ਚੰਦ ਉਸ ਨੂੰ ਕਹਿੰਦਾ ਹੈ ਤੂੰ ਹੌਸਲਾ ਰੱਖ ਮੈਂ ਸਭ ਤਿਆਰੀਆਂ ਦੂਸਰੇ ਘਰ ਵਿੱਚ ਕੀਤੀਆਂ ਹੋਈਆਂ ਨੇ ਤੇ ਮੈਂ ਹੁਣ ਬਸ ਪੰਡਤ ਨੂੰ ਸ਼ੁਭ ਲਗਨ ਪੁੱਛਣ ਹੀ ਜਾ ਰਿਹਾ ਹਾਂ ਤਾਂ ਤੂੰ ਘਰ ਹੀ ਰਹੀਂ ਕਿਤੇ ਨਾ ਜਾਵੀ ਹੁਸ਼ਾਰ ਚੰਦ ਚਲਿਆ ਜਾਂਦਾ ਹੈ ਉਨੁਸਾਰ ਚੰ ਚਲਾ ਜਾਂਦਾ ਹੈ ਕੋਰਾ ਹਾਥੂ ਰਪਈਆਂ ਵਾਲੀ ਥੈਲੀ ਵਿੱਚ ਪਾਈ ਚੰਗਾ ਹੋਇਆ ਸ਼ੁਕਰ ਹੈ ਰੱਬ ਦਾ ਕੁੜੀ ਸਾਡੇ ਘਰੋਂ ਨਿਕਲੂ ਤੇ ਸਾਡੀ ਚਿੰਤਾ ਮੁਕੋ ਰੱਬ ਕੁੜੀਆਂ ਕਿਸੇ ਨੂੰ ਨਾ ਦੇ ਧੀਆਂ ਬੇਗਾਨਾ ਮਾਲ ਇਹਨਾਂ ਦੇ ਬੜੇ ਫਿਕਰ ਹੁੰਦੇ ਨੇ ਇੱਜ਼ਤ ਨਾਲ ਆਪਣੇ ਘਰ ਜਾਣ ਤਾਂ ਲੱਖ ਵੱਟੀ ਦਾ ਹੁਣ ਮੈਂ ਰਾਣੀ ਨੂੰ ਮਿਲਾਵਾਂ ਪਲਾਂ ਪਣਾ ਵਿੱਚ ਸੋ ਕੰਮ ਪੈ ਜਾਣੇ ਨੇ ਲਾਜੋ ਨੂੰ ਤੂੰ ਮੇਰੇ ਨਾਲ ਚੱਲੇਂਗੀ ਜਾਂ ਇੱਥੇ ਬੈਠਣਾ ਹੀ ਲਾਜੋ ਮੈਂ ਤਾਂ ਨਾਲ ਹੀ ਚੱਲਾਂਗੀ ਹੁਣ ਬੇਟਾ ਅੰਡਰਲਾਈਨ ਕਰੋ ਚਿੰਤਾ ਫਿਕਰ ਲਖਵੱਟੀ ਦਾ ਇੱਜ਼ਤ ਕਮਾਉਣਾ ਪਲਾਂ ਪਲਾਂ ਵਿੱਚ ਥੋੜੇ ਸਮੇਂ ਵਿੱਚ ਹੁਣ ਹੁਸ਼ਿਆਚੰਦ ਕੋਹਰਾ ਨੂੰ ਘਰ ਰਹਿਣ ਲਈ ਕਹਿ ਕੇ ਜਾਂਦਾ ਹੈ ਤਾਂ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਪ੍ਰਮਾਤਮਾ ਦਾ ਸ਼ੁਕਰ ਕਰਦੀ ਹੈ ਕਿ ਉਸ ਦੀ ਧੀ ਦਾ ਰਿਸ਼ਤਾ ਹੋ ਗਿਆ ਹੈ ਤੇ ਧੀ ਆਪਣੇ ਘਰ ਜਾਏਗੀ ਤਾਂ ਉਸ ਦੀ ਚਿੰਤਾ ਖਤਮ ਹੋ ਜਾਵੇਗੀ ਤੇ ਨਾਲ ਹੀ ਆਪਣੇ ਨਾਲ ਗੱਲਾਂ ਕਰਦੀ ਹੈ ਕਿ ਜੇ ਧੀਆ ਆਪਣੇ ਘਰ ਇੱਜ਼ਤ ਨਾਲ ਚਲੀਆਂ ਜਾਣ ਤਾਂ ਬੰਜੇ ਦੀ ਇੱਜ਼ਤ ਬਣ ਜਾਂਦੀ ਹੈ ਤਾਂ ਨਾਲ ਹੀ ਕਹਿੰਦੀ ਹੈ ਕਿ ਮੈਂ ਰਾਣੀ ਨੂੰ ਭਾਵ ਨੈਣ ਨੂੰ ਮੇਲਾਵਾਂ ਥੋੜੇ ਹੀ ਸਮੇਂ ਵਿੱਚ ਕਈ ਕੰਮ ਕਰਨੇ ਪੈਣੇ ਹਨ ਕੋਰਾ ਤੇ ਲਾਜੋ ਚਲੀਆਂ ਜਾਂਦੀਆਂ ਹਨ ਉਸ ਵੇਲੇ ਮੈਲੋ ਅੱਖ ਬਚਾ ਕੇ ਅੰਦਰ ਆਉਂਦੀ ਹੈ ਮੈਲੋ ਪਹਿਲਾਂ ਬੇਟਾ ਪੰਡਤਾਲੀ ਨੂੰ ਬੁਲਾਉਣ ਗਈ ਹੁੰਦੀ ਹੈ ਤੇ ਦਰਵਾਜ਼ੇ ਤੇ ਖੜੀ ਹੋ ਕੇ ਆਪਣੇ ਮਾਪਿਆਂ ਦੀਆਂ ਗੱਲਾਂ ਸੁਣ ਲਈ ਹੁੰਦੀ ਹੈ ਤੇ ਹੁਣ ਜਦੋਂ ਕੋਰਾ ਤੇ ਲਾਜੋ ਚਲੀਆਂ ਜਾਂਦੀਆਂ ਹਨ ਤੇ ਮੈਲੋ ਆਪਣੇ ਘਰ ਦੇ ਅੰਦਰ ਆ ਜਾਂਦੀ ਹੈ ਨਾਓ ਨੈਕਸਟ ਪੇਜ ਬੇਟਾ ਪੇਜ ਨੰਬਰ 18 ਮੇਲੋ ਸਮਝ ਨਹੀਂ ਕੁਝ ਆਉਂਦਾ ਅੱਜ ਰਾਤੀ ਸ਼ਾਦੀ ਕਿਹਦੀ ਸ਼ਾਦੀ ਜੰਜਟੂ ਕਰਨ ਵਾਲੀ ਏ ਕਿਹਦੀਆਂ ਗੱਲਾਂ ਕਰਦੇ ਸਨ ਆਪਣੀਆਂ ਨਹੀਂ ਨਹੀਂ ਰੁਪਈਏ ਕਿੱਥੇ ਭਾਈਆ ਐਡਾ ਗੁੱਸੇ ਕਿਉਂ ਹੁੰਦਾ ਸੀ ਅੱਛਾ ਬੇਬੇ ਨੂੰ ਆ ਲੈਣ ਦਿਓ ਆਪੇ ਸਾਰਾ ਪਤਾ ਲੱਗ ਜਾਊ ਬੜੀ ਹੈਰਾਨੀ ਵਾਲੀ ਗੱਲ ਏ ਅੱਛਾ ਹੁਣ ਬੇਟਾ ਜਦੋਂ ਮੇਲੋ ਘਰ ਦੇ ਅੰਦਰ ਹੁੰਦੀ ਹੈ ਉਸਨੇ ਭਾਵੇਂ ਆਪਣੇ ਮਾਪਿਆਂ ਦੀਆਂ ਗੱਲਾਂ ਸੁਣ ਲਈਆਂ ਸਨ ਪਰ ਉਸ ਨੂੰ ਇਹਨਾਂ ਗੱਲਾਂ ਦੀ ਕੁਝ ਵੀ ਸਮਝ ਨਹੀਂ ਪੈਂਦੀ ਕਿ ਅੱਜ ਰਾਤ ਉਹਨਾਂ ਦੇ ਘਰ ਸ਼ਾਦੀ ਹੈ ਕਿਸ ਦੀ ਸ਼ਾਦੀ ਹੈ ਜਾਂ ਜੀ ਵੀ ਟੁਕਣ ਵਾਲੀ ਏ ਵਿੱਚ ਹੀ ਉਸ ਨੂੰ ਰੁਪਈਆਂ ਦੀ ਵੀ ਸਮਝ ਨਹੀਂ ਹੁੰਦੀ ਕਿ ਕਿਸ ਰੁਪਈਆਂ ਦੀ ਗੱਲ ਹੋ ਰਹੀ ਸੀ ਫਿਰ ਉਹ ਆਪਣੇ ਆਪ ਨਾਲ ਗੱਲ ਕਰਦੀ ਹੈ ਕਿ ਮਾਂ ਮੇਰੀ ਕੋਰਾ ਘਰ ਆਏਗੀ ਤਾਂ ਉਸ ਨੂੰ ਮੈਂ ਸਾਰਾ ਕੁਝ ਪੁੱਛ ਲਵਾਂਗੀ ਹੁਣ ਆਵਾਜ਼ ਇੱਕ ਆਵਾਜ਼ ਬੇਟਾ ਬਾਹਰੋਂ ਹੀ ਨਹੀਂ ਮੇਲੋ ਨਹੀਂ ਮੇਲੋ ਮੇਲੋ ਆਵਾਜ਼ ਪਛਾਣ ਕੇ ਬਸੰਤੋਂ ਏ ਨਹੀਂ ਬਾਹਰੋਂ ਕਿਉਂ ਟਾਰਾ ਮਾਰਨੀ ਏ ਅੰਦਰ ਕਿਉਂ ਨਹੀਂ ਆਉਂਦੀ ਟਾਰਾ ਆਵਾਜ਼ਾਂ ਹੁਣ ਬੇਟਾ ਮੇਲੋਂ ਨੂੰ ਬਾਹਰੋਂ ਇੱਕ ਆਵਾਜ਼ ਆਉਂਦੀ ਏ ਆਵਾਜ਼ ਕਿਸ ਦੀ ਏ ਉਸ ਦੀ ਸਹੇਲੀ ਬਸੰਤੋਂ ਦੀ ਉਸ ਨੂੰ ਬਾਹਰੋਂ ਹੀ ਉੱਚੀ ਉੱਚੀ ਆਵਾਜ਼ਾਂ ਮਾਰਦੀ ਆਉਂਦੀ ਹੈ ਬਸੰਤੋਂ ਆਉਂਦੀ ਹੈ ਬਸੰਤੋਂ ਮਸ਼ਕਰੀ ਨਾਲ ਨਹੀਂ ਕੁੜੇ ਵਧਾਈਆਂ ਮਸ਼ਕਰੀ ਨਾਲ ਮੋਖੋ ਨਾਲ ਉਸਨੂੰ ਵਧਾਈ ਦਿੰਦੀ ਹੈ ਮੇਲੋ ਕਿਉਂ ਨਹੀਂ ਹਰ ਵੇਲੇ ਛੇੜਦੀ ਰਿਹਾ ਕਰ ਬਸੰਤੋ ਅੱਛਾ ਤੂੰ ਸਮਝਣੀਏ ਪਈ ਮੈਂ ਤੈਨੂੰ ਛੇੜਨੀ ਆ ਜਿੱਦਾਂ ਮੈਨੂੰ ਪਤਾ ਨਹੀਂ ਪਈ ਤੇਰਾ ਵਿਆਹ ਹੋਣ ਵਾਲਾ ਏ ਕੋੜੇ ਸੋਹਰੇ ਜਾ ਕੇ ਤਾਂ ਉੱਕਾ ਹੀ ਵਸਾਰ ਦੇਣਗੀ ਉੱਕਾ ਹੀ ਬਿਲਕੁਲ ਹੀ ਵਸਾਰ ਦੇਣਗੀ ਪੁਲਾ ਦੇਵेंगी ਹੁਣ ਬੇਟਾ ਮੇਲੋ ਨੂੰ ਆਪਣੇ ਸ਼ਾਦੀ ਬਾਰੇ ਆਪਣੇ ਵਿਆਹ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਪਰ ਬਸੰਤੋ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤਾਂ ਇਸ ਲਈ ਉਸ ਨੂੰ ਬਾਰੋ-ਹੀ ਉੱਚੀ-ਉੱਚੀ ਆਵਾਜ਼ਾਂ ਮਾਰਦੀ ਹੋਈ ਆਉਂਦੀ ਹੈ ਤੇ ਕਹਿੰਦੀ ਹੈ ਨੀ ਕੁੜੇ ਵਧਾਈਆਂ ਤਾਂ ਪਰ ਮੈਲੋ ਨੂੰ ਇਸ ਗੱਲ ਦੀ ਬਿਲਕੁਲ ਵੀ ਸਮਝ ਨਹੀਂ ਆਉਂਦੀ ਤਾਂ ਉਸ ਨੂੰ ਕਹਿੰਦੀ ਹੈ ਕਿ ਤੂੰ ਹਮੇਸ਼ਾ ਮੈਨੂੰ ਛੇੜਦੀ ਹੀ ਰਹਿੰਦੀ ਹੈ ਤੇ ਕਹਿੰਦੀ ਹੈ ਕਿ ਜਦੋਂ ਤੇਰਾ ਵਿਆਹ ਹੋ ਜਾਵੇਗਾ ਤੂੰ ਤਾਂ ਮੈਨੂੰ ਬਿਲਕੁਲ ਹੀ ਭੁੱਲ ਜਾਵੇਂਗੀ ਮੈਲੋ ਵਿਆਹ ਕਿਸੇ ਦਾ ਭਾਵੇਂ ਹੋਣਾ ਹੋਵੇ ਭਾਵੇਂ ਨਾ ਤੂੰ ਛੇੜਨਾ ਜਿਹਾ ਹੋਇਆ ਬਸੰਤੋ ਭਲਾ ਇਹੋ ਜੀਆਂ ਗੱਲਾਂ ਵੀ ਕਦੇ ਲੁਕੀਆਂ ਰਹਿੰਦੀਆਂ ਨੇ ਤੂੰ ਮੈਨੂੰ ਦੱਸ ਨਾ ਦੱਸ ਮੈਨੂੰ ਅੱਗੇ ਹੀ ਪਤਾ ਏ ਮੇਲੋ ਹੈ ਤੂੰ ਕੀ ਪਈ ਗੱਲਾਂ ਕਰਨੀ ਐ ਬਸੰਤੋ ਜੀਕੂ ਤੈਨੂੰ ਪਤਾ ਹੀ ਨਹੀਂ ਹੁੰਦਾ ਏ ਖਾਂ ਭੁੱਲੀ ਨੈਣ ਹੁਣੇ ਹੀ ਤੁਹਾਡੇ ਘਰੋਂ ਗਈ ਏ ਮੈਂ ਉਹਦੇ ਮੂੰਹ ਸਭ ਕੁਝ ਸੁਣ ਲਿਆ ਹੈ ਕਹਿੰਦੀ ਏ ਤੇਰੇ ਸੋਰੇ ਉਹਦੇ ਪੇਕਿਆਂ ਦੇ ਲਾਗੇ ਹੀ ਲਾਗੇ ਹੀ ਹਨ ਹੁਣ ਬੇਟਾ ਬਸੰਤੋ ਨੂੰ ਭੁੱਲੀ ਨੈਣ ਕੌਣ ਹੈ ਨੈਣ ਦਾ ਨਾਮ ਹੈ ਭੁੱਲੀ ਠੀਕ ਹੈ ਜੀਕੂ ਨੂੰ ਅੰਡਰਲਾਈਨ ਕਰਾਂਗੇ ਇਹਦਾ ਅਰਥ ਹੈ ਜਿਵੇਂ ਹੈ ਖਾਂ ਵੇਖਾਂ ਹੁਣ ਬੇਟਾ ਨੈਣ ਜੋ ਹੈ ਭੁੱਲੀ ਨੈਣ ਉਸਨੇ ਪਹਿਲਾਂ ਹੀ ਬਸੰਤੋ ਨੂੰ ਮੇਲੋ ਦੇ ਰਿਸ਼ਤੇ ਬਾਰੇ ਦੱਸ ਦਿੱਤਾ ਸੀ ਉਸਨੇ ਉਸਦੇ ਮੋਹ ਸਭ ਕੁਝ ਸੁਣ ਲਿਆ ਸੀ ਤੇ ਉਸ ਨੂੰ ਉਸ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਸੋਹਰੇ ਜੰਡਪੁਰੇ ਮੇਰੇ ਪੇਕੇ ਪਿੰਡ ਦੇ ਕੋਲ ਹਨ ਮੇਲੋ ਮੈਨੂੰ ਪੁਚਾਲਣ ਲਈ ਸਾਰੀਆਂ ਗੱਲਾਂ ਤੂੰ ਆਪਣੇ ਮਨੋਂ ਪਈ ਬਣਾਉਣੀ ਐ ਪੁਚਾਲਣ ਮੀਨਸ ਵਰਗ ਲਾਉਣ ਹੁਣ ਬੇਟਾ ਮੇਲੋ ਨੂੰ ਅਜੇ ਵੀ ਬਸੰਤੋ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਵਿਸ਼ਵਾਸ ਨਹੀਂ ਹੁੰਦਾ ਉਹ ਅਜੇ ਵੀ ਇਹੋ ਸਮਝ ਰਹੀ ਹੈ ਕਿ ਇਹ ਸਿਰਫ ਮੇਰੇ ਨਾਲ ਮਜ਼ਾਕ ਹੀ ਕਰ ਰਹੀ ਹੈ ਬਸੰਤੋ ਨਹੀਂ ਨੀ ਸੱਚ ਕਹਿੰਨੀ ਆ ਸੋਹਰੇ ਤੜੇ ਬੜੇ ਅਮੀਰ ਨੇ ਤੂੰ ਬੜੀ ਭਾਗਾਾਂ ਵਾਲੀ ਐ ਤੇਰੀ ਸੱਸ ਵੀ ਨਹੀਂ ਚੰਗਾ ਸਗੋ ਲੜਿਆ ਨਾ ਕਰੂ ਹੁਣ ਬਸੰਤੋ ਆਪਣੀ ਸਹੇਲੀ ਮੈਲੋ ਨੂੰ ਕਹਿੰਦੀ ਹੈ ਕਿ ਮੈਂ ਸੱਚ ਕਹਿੰਨੀ ਆ ਮੈਂ ਝੂਠ ਨਹੀਂ ਬੋਲਦੀ ਤੇਰੇ ਸੋਹਰੇ ਬਹੁਤ ਹੀ ਅਮੀਰ ਹਨ ਤੂੰ ਬੜੀ ਕਿਸਮਤ ਵਾਲੀ ਐ ਹੋਰ ਤੇਰੀ ਸੱਸ ਵੀ ਨਹੀਂ ਐ ਚੰਗਾ ਸਗੋ ਤੈਨਾਂ ਲੜਿਆ ਨਾ ਕਰੂ ਮੈਲੋ ਤੂੰ ਛੇੜ ਨਾ ਜਹ ਹੋਇਆ ਜਦੋਂ ਵੇਖੋ ਉਦੋਂ ਹੀ ਠੱਠਾ ਮਸ਼ਕਰੀ ਠੱਠਾ ਮਸ਼ਕਰੀ ਅੰਡਰਲਾਈਨ ਕਰਾਂਗੇ ਹਾਸਾ ਮਜ਼ਾਕ ਆਹੋ ਜੀ ਵਿਆਹੀ ਜੂ ਹੋਈ ਦੂਜਿਆਂ ਨੂੰ ਛੇੜਨਾ ਤਾਂ ਹੋਇਆ ਫੇਰ ਆਪੇ ਬਸੰਤੋ ਕਾਬਰ ਨਾਣੀ ਤੂੰ ਵੀ ਹੁਣੇ ਛੇਤੀ ਹੀ ਵਿਆਹੀ ਜਾਏਂਗੀ ਤੇਰਾ ਘਰ ਵਾਲਾ ਸੁਖ ਨਾਲ ਬਾਬਿਆਂ ਵਰਗਾ ਏ ਤੇ ਤੇਰੇ ਭਾਈਏ ਕੋਲੋਂ ਵੀ 10 ਬਰੇ ਵੱਡਾ ਦੱਸਦੇ ਨੇ ਕਾਬਰ ਨਾ ਕਬਰਾ ਨਾ ਬਾਬਿਆਂ ਵਰਗਾ ਭਾਅ ਵਡੇਰੀ ਉਮਰ ਦਾ ਏ ਪਾਈਏ ਪਿਤਾ ਉਹਨ ਉਸ ਨੂੰ ਦੱਸਦੀ ਹੈ ਕਿ ਮੈਂ ਤੈਨੂੰ ਐਵੇਂ ਹੀ ਨਹੀਂ ਛੇੜ ਰਹੀ ਇਹ ਗੱਲ ਬਿਲਕੁਲ ਸੱਚ ਹੈ ਕਹਿੰਦੀ ਤੂੰ ਤੇ ਹਮੇਸ਼ਾ ਮੇਨਾਂ ਹਾਸਾ ਮਜ਼ਾਕ ਹੀ ਕਰਦੀ ਰਹਿੰਦੀ ਹੈ ਕਿਉਂਕਿ ਤੇਰਾ ਵਿਆਹ ਜੋ ਹੋ ਗਿਆ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਵੀ ਨਾ ਘਬਰਾ ਤੂੰ ਵੀ ਹੀ ਜਲਦੀ ਵਿਆਹੀ ਜਾਏਂਗੀ ਤੇ ਤੇਰਾ ਘਰ ਵਾਲਾ ਬਾਬਿਆਂ ਵਰਗਾਏ ਵਡੇਰੀ ਉਮਰ ਦਾ ਏ ਤੇ ਤੇਰੇ ਪਿਤਾ ਕੋਲੋਂ ਵੀ 10 ਮਰੇ ਵੱਡਾ ਏ ਮੇਲੋ ਚੋਪਣੀ ਬੋਤਾ ਨਾ ਮੋਲ ਰੱਬ ਕਰੇ ਤੈਨੂੰ ਇਹੋ ਜਿਹਾ ਜਵਾਈ ਜੁੜੇ ਜਵਾਈ ਧੀ ਦਾ ਪਤੀ ਹੁਣ ਮੇਲੋ ਆਪਣੀ ਸਹੇਲੀ ਬਸੰਤੋ ਨੂੰ ਚੁੱਪ ਕਰਾ ਦਿੰਦੀ ਹੈ ਤੇ ਅਗੋਂ ਉਸ ਨੂੰ ਹਾਸੇ ਨਾਲ ਕਹਿੰਦੀ ਹੈ ਤੈਨੂੰ ਇਸ ਤਰ੍ਹਾਂ ਦਾ ਜਵਾਈ ਜੁੜੇ ਨਾਓ ਨੈਕਸਟ ਪੇਜ ਬੇਟੇ ਪੇਜ ਨੰਬਰ 19 ਬਸੰਤੋ ਪਰ ਮੈਂ ਤਾਂ ਮੇਲੋ ਸੱਚ ਕਹਿ ਰਹੀ ਆ ਮਖੌਲ ਨਹੀਂ ਕਰਦੀ ਪੁੱਤਾਂ ਪੋਤਰੀਆਂ ਵਾਲਾ ਏ ਤੇ ਨਾਲੇ ਨੈਣ ਪਈ ਕਹਿੰਦੀ ਸੀ ਪਈ ਅਜੇ ਪਿਛਲੇ ਵਰੇ ਉਸਨੇ ਤੇਰੇ ਜਿੱਡੀ ਧੀ ਵਿਆਹੀ ਏ ਹੁਣ ਬਸੰਤੋ ਉਸਤੇ ਰਿਸ਼ਤੇਦਾਰੀ ਉਸਨੂੰ ਹੋਰ ਵੀ ਦੱਸਦੀ ਹੈ ਕਿ ਮੈਂ ਬਿਲਕੁਲ ਸੱਚ ਕਹਿ ਰਹੀ ਹਾਂ ਬਿਲਕੁਲ ਵੀ ਤੇਰੇ ਨਾਲ ਮਜ਼ਾਕ ਨਹੀਂ ਕਰ ਰਹੀ ਉਹ ਪੁੱਤਾਂ ਪੋਤਰੀਆਂ ਵਾਲਾ ਏ ਤੇ ਪਿਛਲੇ ਵਰੇ ਹੀ ਉਸਨੇ ਤੇਰੇ ਜਿੱਡੀ ਧੀ ਦਾ ਵਿਆਹ ਵੀ ਕੀਤਾ ਹੈ ਮੇਲੋ ਬਸ ਬਹੁਤਾ ਠੱਠਾ ਨਾ ਕਰ ਕਿ ਤੂੰ ਬਹੁਤਾ ਮੇਰੇ ਨਾਲ ਹਾਸਾ ਮਜ਼ਾਕ ਨਾ ਕਰ ਬਸੰਤੋ ਠੱਠਾ ਨਹੀਂ ਅੜੀਏ ਮੈਂ ਸੱਚ ਕਹਿਨੀ ਆ ਪਈ ਮੇਲੋ ਮੈਨੂੰ ਤੇਰਾ ਯਕੀਨ ਨਹੀਂ ਬਸੰਤੋ ਗੰਭੀਰ ਹੋ ਕੇ ਦੇਵੀ ਦੀ ਸੋਂ ਮੈਂ ਮਖੋਲ ਨਹੀਂ ਕਰਦੀ ਮੈਂ ਝੂਠ ਆਖ ਕੇ ਕੀ ਲੈਣਾ ਏ ਮੈਨੂੰ ਸਭੋਂ ਸੁਣ ਕੇ ਬੜਾ ਅਫਸੋਸ ਲੱਗਾ ਅਫਸੋਸ ਲੱਗਾ ਦੁੱਖ ਲੱਗਾ ਮੇਲੋ ਹੈ ਹੈ ਵੱਡਾ ਸਾਰਾ ਹੋਕਾ ਲੈ ਕੇ ਜ਼ਮੀਨ ਉੱਤੇ ਬੈਠ ਜਾਂਦੀ ਹੈ ਤੇ ਚੁੰਨੀ ਦੇ ਪੱਲੂ ਨਾਲ ਮੂੰਹ ਟੱਕ ਕੇ ਹਾਏ ਹੁਣ ਸਾਰੀ ਸਮਝ ਆ ਗਈ ਏ ਸੇਨੂ ਫਣ ਕੇ ਦੁੱਖ ਨਾਲ ਅੱਗੇ ਪਿੱਛੇ ਝੂਲਦੀ ਹੈ ਤੇ ਉੱਬੇ ਸਾਹ ਲੈ ਲੈ ਕੇ ਮੇਰੀ ਕਿਸਮਤ ਸੜ ਗਈ ਮੇਰੇ ਨਸੀਬ ਫਟ ਗਏ ਮੈਂ ਕੀ ਕਰਾਂ ਹਾਂਜੀ ਬੇਟਾ ਅਫਸੋਸ ਦੁੱਖ ਝੂਲਦੀ ਹੈ ਘੁੰਮਦੀ ਹੈ ਉੱਬੇ ਸਾਹ ਲੈ ਲੈ ਕੇ ਭਾਵ ਹੋ ਕੇ ਲੈ ਲੈ ਕੇ ਹੁਣ ਬੇਟਾ ਜਦੋਂ ਮੇਲੋਂ ਨੂੰ ਬਸੰਤੋਂ ਦੇ ਮੂੰਹੋਂ ਆਪਣੇ ਰਿਸ਼ਤੇ ਦੀ ਸੱਚਾਈ ਪਤਾ ਲੱਗਦੀ ਹੈ ਤਾਂ ਫਿਰ ਉਸ ਨੂੰ ਆਪੇ ਮਾਪੇ ਦੇ ਦੁਆਰਾ ਕੀਤੀਆਂ ਹੋਈਆਂ ਗੱਲਾਂ ਦੀ ਵੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਸਮੇ ਉਹ ਅੱਗੇ ਪਿਛੇ ਝੂਲਦੀ ਹੋਈ ਹੌਕੇ ਲੈ ਲੈ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਕਿਸਮਤ ਸੜ ਗਈ ਹੈ ਮੇਰੇ ਕਰਮ ਫਟ ਗਏ ਹਨ ਮੈਂ ਹੁਣ ਕੀ ਕਰਾਂ ਬਸੰਤੋ ਹਮਦਰਦੀ ਨਾਲ ਮੈਲੋ ਨੂੰ ਬਾਹ ਪਾ ਕੇ ਹੁਣ ਉਸਦੀ ਸਹੇਲੀ ਬਸੰਤੋ ਉਸਦੇ ਨਾਲ ਹਮਦਰਦੀ ਜਿਤਾਉਂਦੀ ਹੋਈ ਉਸ ਨੂੰ ਕਹਿੰਦੀ ਹੈ ਨਾ ਨਾ ਮੇਰੀ ਭੈਣ ਐਦਾਂ ਨਹੀਂ ਰੋਈਦਾ ਚੁੱਪ ਮੇਲੋ ਰੋਂਦੀ ਰੋਂਦੀ ਮੈਨੂੰ ਛੱਡ ਦੇ ਮੈਨੂੰ ਕੱਲੀ ਰਹਿਣ ਦੇ ਹਾਏ ਮੈਂ ਨਜ ਜਾਂਦੀ ਮੈਂ ਕੀ ਕਰਾਂ ਮਾਪੇ ਹੀ ਮੇਰੇ ਵੈਰੀ ਹੋ ਗਏ ਮੈਂ ਮਰ ਜਾਵਾਂਗੀ ਮੈਂ ਜਿਉ ਕੇ ਕੀ ਬਣਾਉਣਾ ਏ ਹੁਣ ਬੇਟਾ ਜਦੋਂ ਉਸਦੇ ਨਾਲ ਹਮਦਰਦੀ ਕਰਦੀ ਹੈ ਉਸ ਨੂੰ ਚੁੱਪ ਵੀ ਕਰਵਾਉਂਦੀ ਹੈ ਤਾਂ ਮੇਲੋ ਉਸ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਛੱਡ ਦੇ ਮੈਨੂੰ ਕੱਲੀ ਰਹਿਣ ਦੇ ਮੈਂ ਨਾ ਜੰਮਦੀ ਮੇਰੇ ਮਾਪੇ ਮੇਰੇ ਮਾਪੇ ਜਿਹੜੇ ਨੇ ਉਹ ਮੇਰੇ ਹੀ ਦੁਸ਼ਮਣ ਹੋ ਗਏ ਨੇ ਮੈਂ ਮਰ ਜਾਵਾਂਗੀ ਮੈਂ ਹੁਣ ਜੀ ਕੇ ਕੀ ਕਰਨਾ ਹੈ ਮੇਲੋ ਬੜੀ ਉਦਾਸ ਪਰੇਸ਼ਾਨ ਹੁੰਦੀ ਹੈ ਬਸੰਤੋ ਕਿਉਂ ਕਿਉਂ ਮਰਨ ਤੇਰੇ ਵੈਰੀ ਸੁਖੀ ਸੰਦੀ ਤੂੰ ਕਿਉਂ ਮਰੇ ਮੇਲੋ ਮੈਂ ਫੀਮ ਖਾ ਲਵਾਂਗੀ ਫਾਹ ਲੈ ਲਵਾਂਗੀ ਖੂ ਵਿੱਚ ਸ਼ਾਲ ਮਾਰ ਦਵਾਂਗੀ ਉਮਰ ਦੇ ਦੁੱਖ ਨਾਲੋਂ ਘੜੀ ਦਾ ਦੁੱਖ ਚੰਗਾ ਤੂੰ ਜਾ ਮੈਨੂੰ ਕੱਲੀ ਰਹਿਣ ਦੇ ਹੁਣ ਮੇਲੋ ਆਪਣੀ ਸਹੇਲੀ ਬਸੰਤੋ ਦੇ ਨਾਲ ਆਪਣੇ ਮਨ ਦਾ ਗੁੱਸਾ ਜ਼ਾਹਰ ਕਰਦੀ ਹੈ ਕਿ ਮੈਂ ਮਰ ਜਾਵਾਂਗੀ ਪਰ ਉਥੇ ਵਿਆਹ ਨਹੀਂ ਕਰਾਵਾਂਗੀ ਉਸ ਨੂੰ ਕਹਿੰਦੀ ਹੈ ਕਿ ਮੈਂ ਫੀਮ ਖਾ ਲਵਾਂਗੀ ਮੈਂ ਫਾਹ ਲੈ ਲਵਾਂਗੀ ਖੂ ਵਿੱਚ ਛਾਲ ਮਾਰ ਦਵਾਂਗੀ ਕਿ ਸਾਰੀ ਉਮਰ ਰੋਣ ਨਾਲੋਂ ਉਮਰ ਦੇ ਦੁੱਖ ਨਾਲੋਂ ਘੜੀ ਦਾ ਦੁੱਖ ਚੰਗਾ ਤੋਂ ਭਾਗ ਕੀ ਹੈ ਕਿ ਸਾਰੀ ਉਮਰ ਦੇ ਦੁੱਖ ਨਾਲੋਂ ਹੁਣ ਘੜੀ ਦਾ ਦੁੱਖ ਚੰਗਾ ਹੈ ਇਸ ਲਈ ਤੂੰ ਮੈਨੂੰ ਮਰ ਲੈਂਦੇ ਤੂੰ ਮੈਨੂੰ ਇਕੱਲੀ ਰਹਿਣ ਦੇ ਬਸੰਤੋ ਧੀਰਜ ਕਰ ਮੇਲੋ ਤੈਨੂੰ ਮੈਂ ਦੱਸਾਂ ਧੀਰਜ ਹੌਸਲਾ ਉਨੂੰ ਹੌਸਲਾ ਰੱਖਣ ਦੇ ਲਈ ਕਹਿੰਦੀ ਹੈ ਮੇਲੋ ਤੂੰ ਕੀ ਦਸਨਾ ਏ ਭੈਣ ਜੋ ਲੇਖੀ ਲਿਖਿਆ ਏ ਹੋ ਕੇ ਰਹਿਣਾ ਏ ਕੜਿਓ ਕੜੀ ਮੇਰੇ ਨਸੀਬ ਸੜ ਜਾਣੇ ਨੇ ਅੰਡਰਲਾਈਨ ਕਰਾਂਗੇ ਜੋ ਲੇਖੀ ਲਿਖਿਆ ਹੈ ਕਿਸਮਤ ਵਿੱਚ ਲਿਖਿਆ ਹੈ ਕੜਿਓ ਕੜੀ ਮੀਨਸ ਥੋੜੇ ਸਮੇਂ ਵਿੱਚ ਨਸੀਬ ਸੜ ਜਾਣੇ ਨੇ ਕਰਮ ਸੜ ਜਾਣੇ ਨੇ ਉਨ ਮੇਲੋ ਆਪਣੀ ਸਹੇਲੀ ਬਸੰਤੋ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਕੀ ਕਹਿਣਾ ਹੈ ਤੂੰ ਮੈਨੂੰ ਕੀ ਦੱਸਣਾ ਹੈ ਜੋ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਉਹ ਮੇਰੇ ਨਾਲ ਹੋ ਕੇ ਹੀ ਰਹਿਣਾ ਹੈ ਤੇ ਥੋੜੀ ਦੇਰ ਵਿੱਚ ਹੀ ਮੇਰੇ ਕਿਸਮਤ ਖਰਾਬ ਹੋ ਜਾਣੀ ਹੈ ਬਸੰਤੋ ਸੁਣ ਮੇਰੀ ਗੱਲ ਮੇਲੋ ਉੱਠ ਕੇ ਤੂੰ ਨਸ ਜਾ ਆਪਣੀ ਮਾਸੀ ਦੇ ਪਿੰਡ ਨੂੰ ਚੁੰਨੀ ਮੂੰਹ ਤੇ ਕਰ ਲੈ ਕੋਈ ਨਹੀਂ ਜਾਣੇਗਾ ਇਸ ਵੇਲੇ ਚਲੀ ਜਾ ਪਿੱਛੋਂ ਸਭ ਵੇਖੀ ਜਾਏਗੀ ਚਲੀ ਜਾ ਨਸ ਜਾ ਛੇਤੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੈਨੂੰ ਮਰਨ ਹੀ ਦੇ ਤਦੇ ਮੇਰੀ ਖਲਾਸੀ ਹੋ ਖਲਾਸੀ ਛੁਟਕਾਰਾ ਬਸੰਤੋ ਮੇਲੋ ਦੀ ਬਾਹ ਫੜ ਕੇ ਮੇਲੋ ਉੱਠ ਉਹਨੂੰ ਜੋਰ ਨਾਲ ਉਠਾਲਦੀ ਹੈ ਮੇਲੋ ਛੱਡ ਦੇ ਮੈਨੂੰ ਮਰਨ ਹੀ ਦੇ ਇੱਕ ਆਵਾਜ਼ ਬਾਹਰ ਸਟੇਜ ਤੋਂ ਪਰੇ ਮੇਲੋ ਦੀ ਮਾਂ ਹੁਣ ਬੇਟਾ ਜਦੋਂ ਮੇਲੋ ਤੇ ਬਸੰਤੋ ਆਪਸ ਵਿੱਚ ਗੱਲਾਂ ਕਰ ਰਹੀਆਂ ਹੁੰਦੀਆਂ ਹਨ ਤੱ ਬਸੰਤੋ ਉਸ ਦਿਨ ਨਾਲ ਹਮਦਰਦੀ ਜਤਾਉਂਦੀ ਹੈ ਤੇ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਤੂੰ ਉੱਠ ਤੇ ਆਪਣੀ ਮਾਸੀ ਦੇ ਪਿੰਡ ਦੌੜ ਜਾ ਆਪਣੀ ਮੂੰਹ ਤੇ ਚੁੰਨੀ ਕਰ ਲੈ ਤੈਨੂੰ ਕੋਈ ਵੀ ਪਛਾਣ ਨਹੀਂ ਸਕੇਗਾ ਤੇ ਉਹ ਉਸ ਨੂੰ ਕਹਿੰਦੀ ਹੈ ਨਹੀਂ ਮੈਂ ਐਸਾ ਨਹੀਂ ਕਰਨਾ ਤੂੰ ਮੈਨੂੰ ਮਰਨ ਦੇ ਤਾਂ ਹੀ ਮੇਰੀ ਖਲਾਸੀ ਭਾਵੇਂ ਮੇਰਾ ਛੁਟਕਾਰਾ ਹੋਵੇਗਾ ਪਰ ਬਸੰਤੋ ਆਪਣੀ ਸਹੇਲੀ ਦੀ ਬਾਹ ਫੜਦੀ ਹੈ ਉਸ ਨੂੰ ਉਠਾਲਦੀ ਹੈ ਤੇ ਉਸ ਨੂੰ ਆਪਣੀ ਮਾਸੀ ਦੇ ਪਿੰਡ ਨਸਾਂ ਦੇ ਲਈ ਕਹਿੰਦੀ ਹੈ ਹੁੰ ਬੇਟਾ ਅਸੀਂ ਇਕਾਂਗੀ ਸੁਹਾਗ ਦਾ ਪੰਨਾ ਨੰਬਰ 17 18 ਅਤੇ 19 ਦੀ ਰੀਡਿੰਗ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਆਪਣੇ ਆਪ ਰੀਡ ਕਰੋਗੇ ਤਾਂ ਜੋ ਚੰਗੀ ਤਰ੍ਹਾਂ ਸਮਝ ਸਕੋ ਟਿਲ ਦੈਮ ਗੁੱਡ ਬਾਏ